FM 95 ਪੰਜਾਬ ਰੰਗ ਦੇ ਸਭ ਸੁਣਨ ਵਾਲਿਆਂ ਨੂੰ ਔਰ ਸੋਸ਼ਲ ਮੀਡੀਆ ਰਾਹੀਂ ਸਾਡੇ ਜਿੰਨੇ ਦੇਖਣ ਵਾਲੇ ਦਰਸ਼ਕ ਹੈ ਉਹਨਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਆ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਅੱਜ ਇਸ ਮੇਲੇ ਦਾ 595ਵੇਂ ਜਨਮ ਦਿਨ ਦੀਆਂ ਰੌਣਕਾਂ ਦਾ ਆਖਰੀ ਦਿਨ ਹੈ ਔਰ ਥੋੜੀ ਦੇਰ ਬਾਅਦ ਗੁਰੂ ਦੀ ਸਵਾਰੀ ਯਾਨੀ ਨਗਰ ਕੀਰਤਨ ਆ ਜਿਹੜੀ ਉਹਦੀ ਸ਼ੁਰੂਆਤ ਹੋ ਰਹੀ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਜਿਹੜੀਆਂ ਉਹ ਵੀ ਇਹਨਾਂ ਲੰਮਿਆਂ ਨੂੰ ਵੇਖਣ ਖਾਤਰ ਔਰ ਉਹ ਵੀ ਇਸ ਰੌਣਕ ਦਾ ਜਿਹੜਾ ਹਾਲ ਆ ਆਨੰਦ ਆ ਇਹ ਸਮਾਗਮ ਆ ਜਿਹੜਾ ਉਹਦੇ ਵਾਸਤੇ ਇੱਥੇ ਪਾਕਿਸਤਾਨ ਪਹੁੰਚੀਆਂ ਸੋ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਬਿਲਕੁਲ ਥੋੜੀਆਂ ਰਹਿ ਗਈਆਂ ਨੇ ਇਸ ਵੇਲੇ ਮੈਂ ਕੁਛ ਸਾਡੇ ਯਾਤਰੀ ਬਜ਼ੁਰਗ ਸਾਡੇ ਉੱਚੇ ਪ੍ਰਾਹੁਣੇ ਇਸ ਕਰਕੇ ਕਿ ਬਾਬੇ ਦੇ ਪ੍ਰਾਹੁਣੇ ਨੇ ਉਹਨਾਂ ਨਾਲ ਵਿਚਾਰ ਵਟਾਂਦਰੇ ਲਈ ਆਪਣੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਇੱਧਰ ਲਿਆਇਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿਹਰਬਾਨ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਸਾਨੂੰ ਵੀ ਬੜੀ ਖੁਸ਼ੀ ਹੈ ਇੱਥੇ ਆਣ ਕੇ ਨਾਂ ਦੱਸਣਾ ਮੇਰਾ ਨਾਮ ਜੀ ਹਰਬੰਸ ਸਿੰਘ ਹੈਗਾ ਤੇ ਮੈਂ ਕੈਲੀਫੋਰਨੀਆ ਤੋਂ ਕਿੱਥੋਂ ਅਮਰੀਕਾ ਵਿੱਚੋਂ ਕੈਲੀਫੋਰਨੀਆ ਚੋਂ ਹਾਂ ਕਿਹੜਾ ਸਿਟੀ ਕਿਹੜੀ ਅੱਛਾ ਜਦੋਂ ਤੁਰੇ ਸੀਗੇ ਉਦੋਂ ਗੱਲਬਾਤ ਕੀ ਸੀਗੀ ਹੁਣ ਜਦੋਂ ਇੱਥੇ ਪਹੁੰਚ ਗਏ ਜੇ ਤੇ ਸਮਾਗਮ ਕਿਹੋ ਜਿਹਾ ਦੇਖ ਰਹੇ ਜੇ ਇੱਥੇ ਆ ਕੇ ਸਾਨੂੰ ਬੜੀ ਖੁਸ਼ੀ ਲੱਗਣ ਡਈ ਆ ਤੇ ਸਮਾਗਮ ਵੀ ਬੜਾ ਸੋਹਣਾ ਹੈਗਾ ਸਾਫ ਸੁਥਰਾ ਬਾਬੇ ਦੀ ਵੀ ਮਿਹਰਬਾਨੀ ਸੂਰਜ ਵੀ ਉਸਨੇ ਸੋਹਣਾ ਚੜ੍ਹਿਆ ਹਵਾ ਵੀ ਹਵਾ ਆਸਮਾਨ ਵੀ ਸੋਹਣਾ ਸਾਫ ਹੈਗਾ ਤੇ ਲੋਕੀ ਵੀ ਜਿਹੜੇ ਇੱਥੇ ਦੇ ਨਾ ਲੋਕ ਵੀ ਜਿਹੜੇ ਇੱਥੇ ਦੇ ਨਾ ਉਹ ਬੜੇ ਜੀਅ ਆਖਣ ਵਾਲੇ ਆ ਖੁਦ ਦੇ ਦੁਰ ਵਾਲੇ ਤੇ ਅਸੀਂ ਵੀ ਆਪਣਾ ਦੁੱਧ ਨਾਲ ਹੀ ਲੈਸੇ ਆਏ ਹਾਂ ਅਸੀਂ ਵੀ ਆਪਣਾ ਦੁੱਧ ਅਮਰੀਕਾ ਤੋਂ ਵੀ ਨਾਲ ਹੀ ਲੈਸੇ ਆਏ ਹਾਂ ਔਰ ਤੁਹਾਡੇ ਪਾਕਿਸਤਾਨ ਪੂਰੇ ਬਦਲੇ ਬੜੀ ਇਮਰਾਨ ਖਾਨ ਸਾਹਿਬ ਬਦਲੇ ਇਹਨਾਂ ਨੇ ਵੀ ਸਾਡੀ ਉੱਥੇ ਨਵਜੋਤ ਸਿੰਘ ਸਿੱਧੂ ਬਦਲੇ ਵੀ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹ ਸਾਰਾ ਕੰਮ ਕੀਤਾ ਤੇ ਉਸ ਕੰਮ ਦੇ ਵਿੱਚ ਬੜੀ ਦੁਨੀਆ ਦਾ ਹੀ ਫਾਇਦਾ ਹੋਇਆ ਬੜੀ ਦੁਨੀਆ ਦਾ ਫਾਇਦਾ ਹੋਊਗਾ ਗਾਂ ਤੋਂ ਗਾਂ ਜਿਉਂ ਜਿਉਂ ਇਹ ਚੰਗਾ ਬੀਜ ਆ ਤੇ ਉਹ ਦਰਖਤ ਬਣੂਗਾ ਵੱਡਾ ਹੋਊਗਾ ਗਾਂ ਤੋਂ ਗਾਂ ਹੋਰ ਕਾਰਸਪੋਂਡੈਂਸ ਆਪਸ ਵਿੱਚ ਐਕਸਚੇਂਜਸ ਹੋਣਗੀਆਂ ਤੇ ਉਹਦੇ ਨਾਲ ਸਾਰੀ ਸੋਸਾਇਟੀ ਦਾ ਫਿਊਚਰ ਦਾ ਮੁਲਕਾਂ ਦਾ ਦੋਵਾਂ ਮੁਲਕਾਂ ਦਾ ਫਾਇਦਾ ਹੋਊਗਾ ਕਿੰਨੀ ਉਮਰ ਹੋ ਗਈ ਬਜ਼ੁਰਗ ਆਪਣੀ ਮੇਰੀ ਮੇਰੀ 90 ਸਾਲ ਦੀ 90 ਸਾਲਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਕਿ ਦੋਵੇਂ ਪਾਸੋਂ ਸਰਕਾਰਾਂ ਵੱਲੋਂ ਕਦੀ ਏਡਾ ਖੁੱਲਾ ਡੁੱਲਾ ਪਿਆਰ ਜਾਂ ਏਦਾਂ ਹੜ ਮਾਰਦਾ ਪਿਆਰ ਆ ਜਿਹੜਾ ਨਹੀਂ ਆਇਆ ਜਿੱਦਾਂ ਇਮਰਾਨ ਖਾਨ ਨੇ ਬਾਹਾਂ ਖੋਲਤੀਆਂ ਕੀ ਸਿੱਖ ਕੌਮ ਇਸ ਵੇਲੇ ਮਹਿਸੂਸ ਕਰਦੀ ਸਿੱਖ ਕੌਮ ਜਿਹੜੀ ਪੂਰਾ ਪੂਰਾ ਆਪਣਾ ਦਿਲ ਨਾਲ ਲੈ ਕੇ ਦਿਮਾਗ ਨਾਲ ਲੈ ਕੇ ਜਿਸਮ ਨਾਲ ਲੈ ਕੇ ਪੈਸੇ ਨਾਲ ਲੈ ਕੇ ਆਪ ਸਿੱਖਾਂ ਦੇ ਆਪਣੇ ਸਿੱਖ ਦੁਨੀਆਂ ਨੂੰ ਨਾਲ ਲੈ ਕੇ ਇਮਰਾਨ ਖਾਨ ਦੇ ਨਾਲ ਆ ਤੇ ਇਮਰਾਨ ਖਾਨ ਦਾ ਦਿਮਾਗ ਰੱਬ ਸੋਹਣਾ ਦਿਲ ਦਿਮਾਗ ਹੋਰ ਤਰੱਕੀ ਦੇਵੇ ਸਾਰਿਆਂ ਨੂੰ ਤੇ ਇੰਨਾ ਕੁ ਸੋਹਣਾ ਪ੍ਰਾਈਮ ਮਿਨਿਸਟਰ ਇੰਨਾ ਕੁ ਚੰਗਾ ਪ੍ਰਾਈਮ ਮਿਨਿਸਟਰ ਪਾਕਿਸਤਾਨ ਨੂੰ ਪਹਿਲਾਂ ਨਹੀਂ ਮਿਲਿਆ ਮੇਰੇ ਅੰਦਾਜ਼ੇ ਮੁਤਾਬਕ ਪਹਿਲਾਂ ਨਹੀਂ ਮਿਲਿਆ ਤੇ ਮੈਂ ਸਮਝਦਾ ਵੀ ਇਹ ਬੜਾ ਬੜਾ ਚੰਗਾ ਕਦਮ ਆ ਆਹ ਦੇਖੋ ਕਿੰਨੇ ਭਾਈ ਸਾਹਿਬ ਨਾਲ ਬੈਠੇ ਹੈਗੇ ਆ ਆਸ ਪਾਸੇ ਬੈਠੇ ਹੈਗੇ ਆ ਤੇ ਹੋਰ ਉਹ ਹੈਗੇ ਆ ਇਹ ਜਿਹਨੇ ਜਿਹੜੀ ਆਪਸ ਵਿੱਚ ਕਾਰਸਪੋਂਡੈਂਸ ਸ਼ੁਰੂ ਹੋਈ ਆ ਇਹਦੇ ਨਾਲ ਦੀ ਗੱਲ ਹੀ ਕੋਈ ਨਹੀਂ ਤੇ ਇਹ ਵਾਧਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਜਿਹਦਾ ਹੁਣ ਨਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਅਤੇ ਨਾ ਲਫ਼ਜ਼ਾਂ ਵਿੱਚ ਦੱਸਿਆ ਜਾ ਸਕਦਾ ਬਹੁਤ ਸ਼ੁਕਰੀਆ ਤੁਸੀਂ ਕੁਝ ਸਮਾਂ ਜਿਹੜਾ ਉਹ ਦਿੱਤਾ ਮਿਹਰਬਾਨੀ ਉਹ ਗੱਲੇ ਅਸੀਂ ਆਏ ਤੁਹਾਡੇ ਬਦਲੇ ਆ ਮੁਹੱਬਤ ਤੁਹਾਡੀ ਤੇ ਜੀ ਆਇਆਂ ਨੂੰ ਕਹਿੰਦੇ ਜੀ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਜੀ ਨਾਂ ਦੱਸਣਾ ਮੱਖਣ ਸਿੰਘ ਮੱਖਣ ਸਿੰਘ ਵਾਹ 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 ਕਿੱਥੋਂ ਆਏ ਚੰਡੀਗੜ੍ਹ ਤੋਂ ਜੀ ਆਇਆਂ ਨੂੰ ਕਹਿੰਦੇ ਆ ਜੀ ਗਵਾਂਢੋ ਹਾਂਜੀ ਤੇ ਕੀ ਇੱਥੇ ਸਮਾਗਮ ਵੇਖ ਰਹੇ ਜੇ ਜ਼ਰਾ ਅੰਦਰ ਦੇ ਸ਼ਬਦ ਜਿਹੜੇ ਛਾਲਾ ਮਾਰ ਰਹੇ ਬਾਬੇ ਦੇ ਘਰ ਬਹਿ ਕੇ ਬੋਲਣੇ ਦੱਸਿਆ ਜੀ ਖੁਸ਼ੀ ਹੋਈ ਆ ਅਸੀਂ ਪਰਸੋਂ ਜੀ ਉੱਥੋਂ ਆਏ ਹਾਂ ਕੋਡੀਡੋਰ ਤੋਂ ਮਤਲਬ ਇੰਨੀ ਖੁਸ਼ੀ ਆ ਵੀ ਹੱਦ ਤੋਂ ਜ਼ਿਆਦਾ ਸਾਨੂੰ ਆਪਣੇ ਰਹਿਬਰ ਦੇ ਸਾਡੇ ਜਨਮਦਾਤਾ ਦੇ ਦਰਸ਼ਨ ਹੋਏ ਗੁਰਦੁਆਰੇ ਦੇ ਬਹੁਤ ਖੁਸ਼ ਹਾਂ ਅਸੀਂ ਵਾਪਸ ਜਾਓਗੇ ਤਾਂ ਕੀ ਸੁਨੇਹਾ ਲੈ ਕੇ ਜਾਓਗੇ ਜੋ ਕੁਛ ਇੱਥੇ ਦੇਖਿਆ ਵਾਪਸ ਜਾ ਕੇ ਇਹ ਕਹਾਂਗੇ ਵੀ ਪਰਮਾਤਮਾ ਦੋਨਾਂ ਦੇਸ਼ਾਂ ਦਾ ਆਪਸ ਵਿੱਚ ਪਿਆਰ ਵਧਾ ਸਾਨੂੰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲੇ ਇਹ ਮਤਲਬ ਆ ਹੁਣ ਅਸੀਂ ਕੀ ਕਰ ਸਕਦੇ ਚਲੋ ਸੋਹਣੀ ਗੱਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸਣਾ ਦਲਵੀਰ ਸਿੰਘ
ਜੀ ਐਨ ਨੂੰ ਕਹਿੰਦੇ ਜੀ ਠੀਕ ਹੈ ਆਉਣਾ ਕਿੱਥੋਂ ਹੋਇਆ ਅਸੀਂ ਇੰਗਲੈਂਡ ਤੋਂ ਇੰਗਲੈਂਡ ਤੋਂ ਆਏ ਵਲੈਤ ਤੋਂ ਆਏ ਜੀ ਪਹਿਲਾਂ ਵੀ ਆਉਣਾ ਹੋਇਆ ਮੇਰਾ ਖਿਆਲ ਪਹਿਲੀ ਦਫਾ ਪਹਿਲੀ ਵਾਰ ਆਏ ਜੀ ਤੇ ਕੀ ਮਹਿਸੂਸ ਕਰ ਰਹੇ ਜੀ ਅੱਜ ਬਾਬੇ ਦੇ ਪ੍ਰਾਹੁਣੇ ਬਣ ਕੇ ਮੈਂ ਕਿਹਾ ਜੀ ਬਹਿ ਬਹੁਤ ਬਹੁਤ ਖੁਸ਼ੀ ਹੋਈ ਆ ਜੀ ਜਿੰਨੀ ਮੁਹੱਬਤ ਸਾਨੂੰ ਇੱਥੇ ਪਿਆਰ ਆ ਕੇ ਮਿਲਿਆ ਨਾ ਸਾਡੇ ਆਪਣੇ ਮੁਲਕ 'ਚ ਇੰਨਾ ਨਹੀਂ ਸਾਨੂੰ ਮਿਲਦਾ ਕਿਉਂਕਿ ਹਰ ਭੈਣ ਭਾਈ ਜੱਫੀਆਂ ਬਾਬਾ ਮਿਲਦੇ ਆ ਮੇਰਾ ਖਿਆਲ ਮੇਰੀ ਲਈ ਨਹੀਂ ਹਜ਼ਾਰ ਬੰਦੇ ਨੇ ਮੇਰੀ ਫੋਟੋ ਖਿੱਚਣੀ ਮਤਲਬ ਖੜ ਖੜ ਕੇ ਨਾਲ ਨਾ ਆਓ ਸਰਦਾਰ ਜੀ ਆਓ ਸਰਦਾਰ ਜੀ ਬਹੁਤ ਬਹੁਤ ਖੁਸ਼ੀ ਹੋਈ ਆ ਲੋਕਾਈ ਦੇ ਬਾਰੇ ਤੇ ਵੈਸੇ ਮਾਫੀ ਚਾਹਾਂਗਾ ਉਧਰ ਤੁਹਾਡੇ ਵਿਲਾਇਤ ਵਾਲੇ ਪਾਸੇ ਪਾਕਿਸਤਾਨੀਆਂ ਬਾਰੇ ਕੋਈ ਚੰਗਾ ਚਰਚਾ ਨਹੀਂ ਸੀਗਾ ਹੈ ਪਰ ਇੱਥੇ ਆ ਕੇ ਜਦੋਂ ਪ੍ਰੈਕਟੀਕਲੀ ਆਪ ਤੁਸੀਂ ਮਿਲੇ ਜੇ ਤੇ ਕੀ ਫਰਕ ਮਹਿਸੂਸ ਕੀਤਾ ਉਹਨਾਂ ਗੱਲਾਂ 'ਚ ਤੇ ਇੱਥੇ ਲੋਕਾਂ 'ਚ ਮੈਂ ਕਿਹਾ ਜੀ ਜਿਵੇਂ ਸਮਾਨ ਦਾ ਫਰਕ ਆ ਕਹਿਣੀ ਇੱਥੇ ਜਿੰਨਾ ਇੱਥੇ ਪਿਆਰ ਮਿਲਿਆ ਨਾ ਕਿ ਉੱਥੇ ਵੀ ਮੇਰੇ ਜਿਹੜੇ ਮੇਰੇ ਲਾਗੇ ਸਾਗੇ ਜਿੰਨੇ ਵੀ ਮੁਸਲਮਾਨ ਭਾਈ ਰਹਿੰਦੇ ਨਾ ਸਾਡੇ ਉਹ ਇੱਦਾਂ ਯੂਨਿਟੀ ਆ ਕਿ ਅਸੀਂ ਇੱਕ ਵੇਲੇ ਫਰਕ ਨਹੀਂ ਕਰਦੇ ਕੋਈ ਕਿਲਾ ਚੜ੍ਹਾਈ ਕਰ ਜਾਵੇ ਕੋਈ ਕਿਸੇ ਖੁਸ਼ੀ ਕਮੀ ਹੋਵੇ ਅਸੀਂ ਇੱਕ ਸ਼ਰੀਕ ਬਣਦੇ ਇੱਕ ਵੇਲੇ ਰੱਬ ਇਹ ਇਸੇ ਤਰ੍ਹਾਂ ਮੇਲ ਨੇ ਜਿਹੜੇ ਜੋੜ ਨੇ ਜਿਹੜੇ ਇਹ ਕਾਇਮ ਦਾਇਮ ਰੱਖੇ ਥੈਂਕ ਯੂ ਜੀ ਅਰਦਾਸ ਹੈ ਕਿ ਜਦੋਂ ਜਾਓ ਤਾਂ ਸੋਹਣੀਆਂ ਯਾਦਾਂ ਬਾਬੇ ਦੇ ਦਰਦੀਆਂ ਲੈ ਕੇ ਜਾਓ ਅੱਛਾ ਜੀ ਮੇਰਾ ਖਿਆਲ ਹੈ ਕਿ ਕੋਈ ਦੋ ਸ਼ਬਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸੋ ਨਾਂ ਹੈਗਾ ਮੇਰਾ ਰਣਜੀਤ ਸਿੰਘ ਜੀ ਤੇ ਆਪਾਂ ਕਿੱਥੋਂ ਆਏ ਇੰਗਲੈਂਡ ਇੰਗਲੈਂਡ ਤੋਂ ਤੇ ਕੀ ਮਹਿਸੂਸ ਕਰ ਰਹੇ ਜੀ ਆ ਕੇ ਅੱਜ ਜਦੋਂ ਗੁਰੂ ਦੀ ਸਵਾਰੀ ਨਿਕਲਣੀ ਹੈ ਰੌਣਕਾਂ ਨੇ ਜਿਹੜੀਆਂ ਅੰਤ ਅੱਪੜ ਜਾਣੀਆਂ ਤੁਰਨ ਲੱਗਿਆ ਕੀ ਸੋਚਿਆ ਸੀਗਾ ਤੇ ਇੱਥੇ ਆ ਕੇ ਕੀ ਵੇਖਿਆ ਆਣ ਕੇ ਤਾਂ ਬਹੁਤ ਦੇਖੋ ਤੁਸੀਂ ਕਿੱਦਾਂ ਰੌਣਕ ਲੱਗੀ ਆ ਇੱਦਾਂ ਤਾਂ ਸੋਚਿਆ ਵੀ ਨਹੀਂ ਸੀ ਜਿੱਦਾਂ ਹੈ ਨਾ ਹੁਣ ਪਹਿਲਾਂ ਇੱਥੇ ਪਹਿਲੀ ਵਾਰੀ ਤਾਂ ਆਏ ਪਾਕਿਸਤਾਨ 'ਚ ਪਹਿਲਾਂ ਇਹ ਵੀ ਨਹੀਂ ਸੀ ਪਤਾ ਕਿੱਦਾਂ ਇਹਨੇ ਕਰਨਾ ਜਿੰਨਾ ਪਿਆਰ ਸਿਕਿਉਰਿਟੀ ਵਾਲਿਆਂ ਲੁੱਕ ਆਫਟਰ ਕੀਤੀ ਉਹਦਾ ਪਹਿਲਾਂ ਡਰ ਦਿਲ ਦੇ ਵਿੱਚ ਸੀ ਬਈ ਪਤਾ ਨਹੀਂ ਕਿੱਦਾਂ ਹੋਣੀ ਆ ਕੀ ਹੋਣਾ ਪਰ ਉਹ ਤਾਂ ਸਾਰਾ ਦਿਲ ਚੁੱਕ ਹੀ ਗਿਆ ਹੈ ਨਾ ਡਰ ਡੁਰ ਤਾਂ ਚੁੱਕ ਹੋ ਗਿਆ ਬਹਿ ਜਾ ਬਹੁਤ ਪਿਆਰ ਇੱਥੇ ਦਿੱਤਾ ਮਿਲਿਆ ਦੇਖ ਕੇ ਲਓ ਜੀ ਇਹ ਉਹ ਸ਼ਬਦ ਨੇ ਇਹ ਉਹ ਗੱਲਾਂ ਨੇ ਜਿਹੜੀਆਂ ਬਾਬੇ ਨਾਨਕ ਦੇ ਘਰ ਬਹਿ ਕੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸਿੱਖ ਸੰਗਤਾਂ ਬਾਬੇ ਨਾਨਕ ਦੇ ਨਾਮ ਲੇਵਾ ਦੱਸ ਰਹੇ ਨੇ ਇਹ ਉਹ ਪਿਆਰ ਆ ਜਿਹੜਾ ਡੁੱਲ ਡੁੱਲ ਕੇ ਮਹਿਸੂਸ ਹੋਣ ਡਿਆ ਕਹਿੰਦੇ ਨੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਨਾਲ ਵੱਜਦੀ ਹੈ ਸੋ ਪਾਕਿਸਤਾਨ ਵੱਲੋਂ ਅਗਰ ਅਲਾਂਘੇ ਖੋਲ੍ਹੇ ਗਏ ਨੇ ਤਾਂ ਇੱਧਰ ਵੀ ਉਹ ਮੁਹੱਬਤਾਂ ਜਿਨ੍ਹਾਂ ਦੇ ਉੱਤੇ ਰੋਕ ਸੀਗੀ ਜਾਂ ਮਜਬੂਰੀ ਕਾਰਨ ਇੱਥੇ ਆਉਣ ਦੇ ਵਿੱਚ ਕਈ ਰੁਕਾਵਟਾਂ ਸਨ ਉਹ ਤੁਸੀਂ ਆਪਣੇ ਕੰਨੀ ਸੁਣ ਲਈਆਂ ਔਰ ਅੱਖੀ ਦੇਖ ਲਈਆਂ FM 95 ਪੰਜਾਬ ਰੰਗ ਲਈ ਹੁਣ ਤੱਕ ਲਈ ਮੈਂ ਸਾਂ ਮਸੂਦ ਮੱਲੀ ਮਿਲਨੇ ਹੈ ਕੁਝ ਸਮੇਂ ਬਾਅਦ ਸੋ ਫਿਲਹਾਲ ਗੁਰਦੁਆਰਾ ਸ੍ਰੀ ਜਨਮਸਥਾਨ ਨਨਕਾਣਾ ਸਾਹਿਬ ਤੋਂ ਮਾਈਕ ਸਪੁਰਦ ਕਰਨਾ ਮੈਂ FM 95 ਪੰਜਾਬ ਰੰਗ ਲਾਹੌਰ ਸਟੂਡੀਓਜ਼ ਦੇ